मेरी जी अपने दिल की ख्वाहिश है कि मंत्री साहब तो मैं स्पैशल रोपड़ शहर वास्ता टूरिस्ट को बढ़ावा देना है और लोगों साड़ी उम्मीद है कि रोपड़ शहर जिस तरह पहले इतने बोट क्लब चलता से उस तरह चलना चाहिए। देखो MLA जरूरी नहीं कि मैं MLA नहीं है, मैं पहला भी लोगों की सेवा में लग्या रहा 5 साल, हूँ भी मेरे घर का दरवाजा लोगों वास्ते खुला है। जो लोग मेरे काम रहिंदे इस हल्के दे वह भी मैं वध तो वध मंत्रियों तो जोर ला के MLA साहब नाल लैके करावांगा कि जिले के हैं अपने हरजोत बैंक ये थोड़े मित्र हैं प्रेमी हैं हूँ तुम क्या रोपड़ वास्ते लेके आ रहे हैं वास्ते। देखो मंत्री साहब मेरे सीनियर लीडर ने, दोस्त भी है, सीनियर लीडर भी है और परमात्मा ने उन्होंने मंत्री भी बनाया है। साड़ी बहुत टाइम तो रोपड़ शहर वालों की रोपड़ वासियों की मंग सी कि जिहड़े इत्थे बोट क्लब शाम नूं लोगों नूं सैर काम करन वास्ता बैठन वास्ते बनाया होया तां तोड़ दिता सी अकाली सरकार ने, इस करके इत्थे टूरिस्ट प्लेस बनाना चाहते असीं रोपड़ नूं ਅਤੇ ਜਿਹੜੀ ਮੁੜ ਕੇ ਇੱਥੇ ਉਹੀ ਹਰਿਆਲੀ ਆ ਵਾ ਉਹੀ ਚਹਿਲ ਪਹਿਲ ਹੋਣੀ ਚਾਹੀਦੀ ਹੈ, ਲੋਕਾਂ ਨੂੰ ਰੁਜ਼ਗਾਰ ਮਿਲੇ ਔਰ ਇੱਥੇ ਬੋਟ ਕਲੱਬ ਔਰ ਟੂਰਿਸਟ ਵਧੀਆ ਪਲੇਸ ਬਣਾ ਕੇ ਅਸੀਂ ਮੇਰੀ ਜਿਹੜੀ ਆਪਣੇ ਦਿਲ ਦੀ ਖੁਆਇਸ਼ ਹੈ ਕਿ ਮੰਤਰੀ ਸਾਹਿਬ ਤੋਂ ਮੈਂ ਸਪੈਸ਼ਲ ਰੋਪੜ ਦੇ ਸ਼ਹਿਰ ਵਾਸਤਾ ਟੂਰਿਸਟ ਨੂੰ ਬੜਾਵਾ ਦੇਣਾ ਹੈ ਔਰ ਲੋਕਾਂ ਸਾਡੀ ਉਮੀਦ ਹੈ ਕਿ ਰੋਪੜ ਸ਼ਹਿਰ ਜਿਸ ਤਰ੍ਹਾਂ ਪਹਿਲੇ ਇੱਥੇ ਬੋਟ ਕਲੱਬ ਚੱਲਦਾ ਸੀ ਉਸੇ ਤਰ੍ਹਾਂ ਚੱਲਣਾ ਚਾਹੀਦਾ ਹੈ ਔਰ ਲੋਕ ਸ਼ਾਮ ਨੂੰ ਬੈਠਣ ਉੱਥੇ ਜਾ ਕੇ ਆਪਣੇ ਬੱਚਿਆਂ ਨਾਲ ਆਪਣੇ ਪਰਿਵਾਰਾਂ ਨਾਲ ਇੰਜੋਏ ਕਰਨ ਅਤੇ ਬਾਹਰ ਦੇ ਲੋਕ ਵੀ ਆ ਕੇ ਇੱਥੇ ਜ਼ਰੂਰ ਰੋਪੜ ਰੋਕ ਕੇ ਜਾਣ ਤਾਂ ਰੋਪੜ ਦਾ ਨਾਂ ਹੈ ਜਿਹੜਾ ਰੋਸ਼ਨ ਹੋਵੇਗਾ। ਤੁਸੀਂ 5 ਸਾਲ ਪਹਿਲਾਂ ਵੀ ਆਪਣੇ MLA ਰਹੇ ਹੈ, ਤੁਸੀਂ ਪੂਰਾ ਕਰਨਾ ਚਾਹੁੰਦੇ ਹੋ ਆਪਣੇ ਤੁਹਾਡੇ ਦੋਸਤ ਮਿੱਤਰ ਹੋਣਗੇ ਆਪਣੇ। ਦੇਖੋ ਜਿਹੜਾ ਟੂਰਿਸਟ ਦਾ ਮੇਰਾ ਇੱਕ ਪਹਿਲਾ ਮੰਗ ਸੀ ਔਰ ਮੈਂ ਬੜੀ ਵਾਰ ਵਿਧਾਨ ਸਭਾ 'ਚ ਵੀ ਜਦੋਂ ਚੰਨੀ ਸਾਹਿਬ ਮੰਤਰੀ ਦੇ ਜਦ ਉਹਨਾਂ ਨੂੰ ਵੀ ਕਿਹਾ ਤਾ ਕਿ ਰੋਪੜ ਨੂੰ ਟੂਰਿਸਟ ਪਲੇਸ ਬਣਾਓ ਪਰ ਨਹੀਂ ਹੁਣ ਚਲੋ ਪਰਮਾਤਮਾ ਦੀ ਕਿਰਪਾ ਨਾਲ ਸਾਡੇ ਆਪਣੇ ਲੀਡਰ ਕੋਲ ਇਹ ਮਹਿਕਮਾ ਆ ਗਿਆ ਹੈ। ਆਪਾਂ ਜ਼ਰੂਰ ਰੋਪੜ ਸ਼ਹਿਰ ਨੂੰ ਇੱਕ ਵਧੀਆ ਟੂਰਿਸਟ ਪਲੇਸ ਬਣਾਉਣਾ ਹੈ, ਵਧੀਆ ਜਗ੍ਹਾ ਬਣਾਉਣਾ, ਵਧੀਆ ਸ਼ਹਿਰ ਬਣਾਉਣਾ ਹੈ ਔਰ ਸਾਡਾ ਅੰਬੇਡਕਰ ਭਵਨ ਵੀ ਅੱਜ ਮੈਂ ਦੇਖਿਆ ਬਹੁਤ ਬੁਰੀ ਹਾਲਤ ਹੈ, ਉਹਦੇ ਵਾਸਤੇ ਵੀ ਸਪੈਸ਼ਲ ਚਾਹੋ ਮੈਂ ਸਪੀਕਰ ਸਾਹਿਬ ਨੂੰ ਬੁਲਾਵਾਂ ਚਾਹੋ ਮੰਤਰੀ ਸਾਹਿਬ ਲਿਆਵਾਂ ਇੱਕ ਸਪੈਸ਼ਲ ਗਰਾਊਂਡ ਦੇ ਕੇ ਉਹਨੂੰ ਵੀ ਤਿਆਰ ਕਰਾਉਣਾ ਹੈ ਜਿੱਥੇ ਲੋਕ ਆਪਣੇ ਫੰਕਸ਼ਨ ਅੰਬੇਡਕਰ ਭਵਨ 'ਚ ਕਰਾ ਸਕਣ। ਜਿਹੜੀਆਂ ਮੇਰੀਆਂ ਰੋਪੜ ਸ਼ਹਿਰ ਦੀਆਂ 2-3 ਮੁੱਖ ਮੰਗਾਂ ਜਿਹੜੀਆਂ ਇਹ ਹੈਗੀਆਂ ਹੈ, ਇਹ ਮੇਰੇ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ 5 ਸਾਲ ਮੈਂ ਵੀ ਇਸ ਹਲਕੇ ਦਾ ਸੇਵਾ ਕਰੀ ਹੈ ਔਰ ਜਿੰਨੇ ਵੀ ਰਹਿੰਦੇ ਕੰਮ ਹੈ ਕਿਉਂਕਿ ਉਹ ਅਪੋਜੀਸ਼ਨ 'ਤੇ ਨਹੀਂ ਹੋ ਸਕੇ ਹੈ ਪਰ ਆਪਾਂ ਜ਼ਰੂਰ ਹੁਣ ਸਰਕਾਰ ਦੇ ਵਿੱਚ ਆ ਕੇ ਜ਼ਰੂਰ ਕਰਾਵਾਂਗੇ ਔਰ ਮੰਤਰੀ ਸਾਹਿਬ ਦੀ ਸਹਾਇਤਾ ਵੀ ਲਵਾਂਗੇ, ਹੋਰ ਮੰਤਰੀਆਂ ਦੀ ਸਹਾਇਤਾ ਲਵਾਂਗੇ ਕਿਉਂਕਿ ਮੰਤਰੀ ਸਾਰੇ ਮੇਰੇ ਆਪਣੇ ਸੱਜਣ ਹੈ, ਦੋਸਤ ਹੈ, ਜਾਣਦੇ ਆ ਮੈਨੂੰ ਸਾਰੇ ਕਿਉਂਕਿ ਮੈਂ ਇੱਥੇ ਨਾਲ ਇਕੱਠੇ ਕੰਮ ਕਰਿਆ, ਇਸ ਕਰਕੇ ਜਿੰਨਾ ਵੀ ਰੋਪੜ ਸ਼ਹਿਰ ਦੀ ਤਰੱਕੀ ਹੋ ਸਕੇ ਅਸੀਂ ਰੋਪੜ ਹਲਕੀ ਦੀ ਤਰੱਕੀ ਹੋ ਸਕੇ ਇਕੱਠਿਆਂ ਨੇ ਕਰਨੀ ਹੈ ਸਾਰੇ। MLA ਨਹੀਂ ਹੋ ਪਰ ਲੋਕ ਹਜੇ ਵੀ ਤੁਹਾਡੇ ਤੋਂ ਬਹੁਤ ਉਮੀਦ ਲਾਉਂਦੇ ਨੇ ਵੀ ਅਮਰਜੀਤ ਸੰਧਵਾ ਜਿਹੜਾ ਉਹਨਾਂ ਦੇ ਕੰਮ ਕਰਾਉਣਗੇ ਜਾਂ ਉਹਨਾਂ ਨਾਲ ਖੜਨਗੇ, ਕਿਸ ਤਰ੍ਹਾਂ ਜਿਹੜੀ ਤੁਸੀਂ ਕੰਮ ਕਾਰ ਕਰੋਗੇ ਅੱਗੇ ਕਿਉਂਕਿ ਹੁਣ ਤਾਂ ਤੁਸੀਂ MLA ਨਹੀਂ ਹੋ, MLA ਚੱਡਾ ਸਾਹਿਬ ਨੇ ਤੁਸੀਂ ਕਿਸ ਤਰ੍ਹਾਂ ਦੇਣਾ? ਦੇਖੋ MLA ਜ਼ਰੂਰੀ ਨਹੀਂ ਕਿ ਮੈਂ MLA ਨਹੀਂ ਹੈਗਾ, ਮੈਂ ਪਹਿਲਾਂ ਵੀ ਲੋਕਾਂ ਦੀ ਸੇਵਾ ਵਿੱਚ ਲੱਗਿਆ ਰਿਹਾ 5 ਸਾਲ, ਹੁਣ ਵੀ ਮੇਰੇ ਘਰ ਦਾ ਦਰਵਾਜ਼ਾ ਲੋਕਾਂ ਵਾਸਤੇ ਖੁੱਲ੍ਹਾ ਹੈ। ਮੈਂ 4 ਦਿਨ ਘਰ ਰਿਹਾ, 200 ਬੰਦੇ ਰੋਜ਼ ਮੈਨੂੰ ਲੋਕ ਮਿਲਣ ਵਾਲੇ ਨੇ, ਜਿੰਨੇ ਕੁ ਮੈਂ ਯੋਗਾ ਹੈਗਾ ਹੈ ਉਹਨਾਂ ਦੇ ਨਾਲ ਉਹਦੇ ਕੰਮ ਕਰਨੇ ਹੈ, ਸੇਵਾ ਕਰਨੀ ਹੈ, ਡਟ ਕੇ ਰਹਿਣਾ ਹੈ ਕਿ MLA ਹੋਣਾ ਜ਼ਰੂਰੀ ਨਹੀਂ ਹੈਗਾ ਪਰ ਮੈਂ ਜਿਹੜੇ ਆਪਣੇ ਫਰਜ਼ ਹੈ ਮੇਰੇ ਘਰ ਦੇ ਦਰਵਾਜ਼ੇ 24 ਘੰਟੇ ਮੇਰਾ ਫੋਨ ਖੁੱਲ੍ਹਾ ਹੈ, ਲੋਕਾਂ ਨੂੰ ਮਿਲਣ ਦਾ ਮੇਰਾ ਘਰ ਖੁੱਲ੍ਹਾ ਹੈ, ਇਸ ਕਰਕੇ ਆਪਾਂ ਲੋਕਾਂ ਦੀ ਸੇਵਾ ਕਰਨੀ ਹੈ ਨਾ ਮੈਂ ਲੋਕ ਵੀ ਸੇਵਾ ਕਰਾਂਗੇ ਪੂਰੇ ਔਰ ਜਿਹੜੇ ਲੋਕ ਮੇਰੇ ਕੰਮ ਰਹਿੰਦੇ ਇਸ ਹਲਕੇ ਦੇ ਉਹ ਵੀ ਮੈਂ ਵੱਧ ਤੋਂ ਵੱਧ ਮੰਤਰੀਆਂ ਤੋਂ ਜ਼ੋਰ ਲਾ ਕੇ MLA ਸਾਹਿਬ ਨੂੰ ਨਾਲ ਲੈ ਕੇ ਕਰਾਵਾਂਗਾ ਕਿ ਇਸ ਹਲਕੇ ਦੇ ਕੰਮ ਹੋਣੇ ਚਾਹੀਦੇ ਆ, ਇਹ ਹਲਕਾ ਤਰੱਕੀ ਦੇ ਵਿੱਚ ਹੁਣ ਜਾਣਾ ਚਾਹੀਦਾ। ਜਿਹੜਾ ਅਹੁਦਾ ਮਿਲਿਆ ਸੀ ਦੂਸਰੇ ਪਾਸੇ ਜਿਹੜਾ ਮੁੱਖ ਮੰਤਰੀ ਸਨ ਪਰ ਫਿਰ ਵੀ ਰੂਪਨਗਰ ਹਲਕੇ ਦਾ ਜਾਂ ਰੂਪਨਗਰ ਸ਼ਹਿਰ ਦਾ ਵਿਕਾਸ ਨਹੀਂ ਹੋਇਆ, ਗੱਲਾਂ ਬਾਤਾਂ 'ਚ ਵਿਕਾਸ ਹੋਇਆ, ਕੀ ਇਸ ਵਾਰ ਜਿਹੜਾ ਕੀ ਉਹ ਧਰਾਤਲ 'ਤੇ ਸਹੀ ਉੱਤਰ ਪਾਉਣਗੇ, ਜਿਹੜੇ ਅਸਲ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਉਹ ਰੋਪੜ ਹਲਕੇ ਵਾਸਤੇ ਹੋਣਗੇ ਕਿਉਂਕਿ ਕਿਤੇ ਫਿਰ ਇੱਕ ਦੂਸਰੀ ਦੀਆਂ ਲੱਤਾਂ ਖਿੱਚਣ ਦਾ ਕੰਮ ਤਾਂ ਨਹੀਂ ਹੋਵੇਗਾ? ਦੇਖੋ ਬਾਈ ਜੀ ਮੇਰੀ ਗੱਲ ਸੁਣ ਲਓ, ਇਸ ਰੋਪੜ ਦੇ ਵਾਸਤੇ ਆਪਾਂ 5 ਸਾਲ ਪਹਿਲਾਂ ਲੜੇ ਹੈ, ਮੈਂ ਜ਼ਰੂਰ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਕੇ ਸਪੈਸ਼ਲ, ਵੈਸੇ ਤਾਂ MLA ਸਾਹਿਬ ਕਰਨਗੇ ਮੈਂ ਵੀ ਆਪਣੇ ਵੱਲ 'ਤੇ ਕਰਾਂਗਾ ਕਿ ਰੋਪੜ ਸ਼ਹਿਰ, ਰੋਪੜ ਹਲਕਾ, ਵਿਧਾਨ ਸਭਾ ਹਲਕਾ ਪੰਜਾਬ 'ਚੋਂ 1 ਨੰਬਰ ਹਲਕਾ ਬਣਨਾ ਚਾਹੀਦਾ ਤਰੱਕੀ ਦੇ ਲੈਵਲ 'ਤੇ, ਹਲਕੇ ਦੇ ਵਿਕਾਸ ਵਾਸਤੇ ਕੋਈ ਲੜਾਈ ਨਹੀਂ ਹੈ ਇੱਥੇ, ਇਸ ਕਰਕੇ ਆਮ ਆਦਮੀ ਪਾਰਟੀ ਸਰਕਾਰ ਹੈਗੀ ਹੈ, ਮੁੱਖ ਮੰਤਰੀ ਸਾਡੇ ਭਗਵੰਤ ਮਾਨ ਸਾਹਿਬ ਹੈਗੇ ਹੈ ਔਰ ਮੰਤਰੀਆਂ ਦਾ ਸਹਿਯੋਗ ਲੈ ਕੇ, ਮੁੱਖ ਮੰਤਰੀ ਦਾ ਸਹਿਯੋਗ ਲੈ ਕੇ ਅਸੀਂ ਇਸ ਹਲਕੇ ਨੂੰ
ਪੰਜਾਬ ਦਾ 117 ਵਿਧਾਨ ਸਭਾ ਹਲਕਿਆਂ 'ਚੋਂ ਇੱਕ ਨੰਬਰ ਹਲਕਾ ਬਣਾਉਣਾ ਚਾਹੁੰਦੇ ਆ ਕਿ ਇਹ ਇੱਕ ਨੰਬਰ ਹਲਕਾ ਬਣੇ ਔਰ ਤਰੱਕੀ ਕਰੇ, ਇੱਥੇ ਦੇ ਲੋਕ ਤਰੱਕੀ ਕਰਨ, ਇਹ ਹਲਕਾ ਤਰੱਕੀ ਕਰੇ। ਇੱਥੇ ਇੱਦਾਂ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਜਿੱਦਾਂ ਕਾਂਗਰਸੀਆਂ ਨੇ ਪਹਿਲਾਂ ਨਿਚੋੜ ਦਿੱਤਾ ਇਹ ਹਲਕਾ, ਕਿ ਇਹ ਹਲਕਾ ਤਰੱਕੀ ਕਰੂੰਗਾ, ਸਭ ਤੋਂ ਵਧੀਆ ਟੌਪ 'ਚ ਹਲਕਾ ਜਾਊਂਗਾ।